ਬਹੁ ਜੀਓ ਬਹੁਤ ਸੋਹਣਾ ਤੁਸੀਂ ਸੁਣਿਆ ਤੇ ਕਾਫੀ ਸਾਰਾ ਮੈਂ ਪੜ੍ਹ ਲਿਆ। ਇੱਕ ਸੀਦੇ ਦੇ ਦੋ ਸ਼ੇਰ ਹੋਰ ਤੇ ਬਾਅਦ ਵਿੱਚ ਮੁਨਾਸਿਬ ਜਿਹਾ ਵਕਤ ਇਬਾਦਤ ਦਾ ਦੂਸਰਾ ਹਿੱਸਾ ਤੇ ਦੁਆ। ਇਹ ਵੀ ਪੰਜਾਬੀ ਹੈ। ਅਲੀ ਅਲੈਹ ਸਲਾਮ ਸਰਕਾਰ ਦੀ ਬਾਰਗਾਹ ਚ ਫਰਿਆਦ, ਜ਼ਮਾਨੇ ਦੇ ਹਾਲਾਤ ਜੈਸੇ ਵੀ ਹੋਵੇ ਨਾ, ਉਹ ਵਾਰਸਾਂ ਮਾਲਕਾਂ ਨੂੰ ਤਾਂ ਦੱਸਣੇ ਪੈਂਦੇ ਨੇ ਤੇ ਸਾਰੇ ਮੰਨਣ ਵਾਲਿਆਂ ਦੀ ਤਰਫੋਂ ਜਨਾਬ ਅਮੀਰ ਦੀ ਬਾਰਗਾਹ ਚ ਇਹ ਫਰਿਆਦ ਜਿਹੜਾ ਹੁਣ ਮੈਂ ਕਿਸੇ ਦਾ ਸ਼ੁਰੂ ਕਰਨ ਲੱਗਾ। ਸਲਵਾਤ ਸਾਰੇ ਪੜ੍ਹੋ ਤੇ ਮੈਂ ਸੁਣਾ ਦੇਵਾਂ ਦੋਸ਼ੇ। ਅਰਜ਼ ਫਿਕਰਦਾ ਵਾਹ ਯਾ ਅਲੀ ਤੈ ਕੋ ਵਲੀ ਮੋਮਿਨ ਮਲੇ ਦੇ ਪਹਿਲੇ ਜੋ ਮੋਮਿਨ ਨਹੀਂ ਤੇ ਪੈ ਮੋਮਿਨ ਸਰੰਦਨ ਉਹ ਝਗੜੇ ਕਰੇ ਦੇ ਪਹਿਲੇ ਵਾਹ ਯਾ ਅਲੀ ਤੈ ਕੋ ਵਲੀ ਮੋਮਿਨ ਮਲੇ ਦੇ ਪਹਿਲੇ ਸ਼ੇਰ ਬੜਾ ਲੱਗਾ। ਗੱਲਾਂ ਸਾਰੀਆਂ ਤੁਹਾਡੇ ਜਿਹਨਾਂ ਚ ਤੁਸੀਂ ਬਹੁਤ ਚੰਗਾ ਜਾਣਦੇ ਹੋ ਸਾਡੇ ਸਾਰੇ ਮੰਨਣ ਵਾਲਿਆਂ ਦੀ ਤਰਫੋਂ ਸਰ ਝੁਕਾ ਕੇ ਅਰਜ਼ ਪਿਆ ਕਰੇ ਤਾਂ ਮੇਰਾ ਮੌਲਾ ਸਾਰੇ ਜ਼ਮਾਨੇ ਉੱਤੇ ਮਸ਼ਹੂਰ ਹੋ ਗਏ ਅੱਲਾ ਦਾ ਗਾਬਾ ਅੱਜ ਪੁਰ ਨੂਰ ਹੋ ਗਏ। ਤੇਰਾਂ ਰਜਬ ਦੇ ਹਵਾਲੇ ਲਾਸ਼ ਜਿਤਨੇ ਮੌਲਾ ਹੀ ਬੈਠੇ ਹੋ ਅਰਜ਼ ਪਿਆ ਕਰਦਾ ਮੇਰੇ ਆਕਾ ਸਾਰੇ ਜ਼ਮਾਨੇ ਉੱਤੇ ਮਸ਼ਹੂਰ ਹੋ ਗਏ ਅੱਲਾ ਦਾ ਕਾਬਾ ਰਾਜਪੁਰ ਨੂਰ ਹੋ ਗਏ ਸਾਰੇ ਜ਼ਮਾਨੇ ਉੱਤੇ ਮਸ਼ਹੂਰ ਹੋ ਗਏ ਅੱਲਾ ਦਾ ਕਾਬਾ ਰਾਜਪੁਰ ਨੂਰ ਹੋ ਗਏ ਅਰਸ਼ਾ ਤੂੰ ਫਰਸ਼ਾ ਤੇ ਤੇਰਾ ਨਾਮ ਫਕਰ ਤੇ ਕੁਤਰ ਤੇ ਜਲੀ ਤੇ ਨਬੀ ਤੇ ਵਸੀ ਤੇ ਵਲੀ ਸਾਰੇ ਪਿਆ ਦਿਲ ਵਾਹ ਯਾ ਅਲੀ ਇੱਕ ਸ਼ੇਰ ਹੋਰ ਵੀ ਪੜ੍ਹਦੇ ਨਾ ਇਸੇ ਤਰ੍ਹਾਂ ਜਿਤਨੇ ਮੋਮਿਨ ਹੁਕਮਦਾਰ ਬੈਠੇ ਹੋ ਦੂਸਰਾ ਸ਼ੇਰ ਤਵੱਜੋ ਦੀ ਦਾਵਤ ਦੇ ਕੇ ਅਰਜ਼ ਪਿਆ ਕਰਦਾ ਮੇਰੇ ਆਕਾ ਪੂਰਾ ਤੇਰੀ ਮੰਗਣੀ ਦੇ ਕੀ ਸੇ ਅੱਜ ਤਾਈਂ ਕਾਰੀ ਸਾਰੇ ਪੜਦੇ ਪਏ ਨੇ ਕੁਰਾਨ ਵਿਚਲੇ ਤੇਰੀ ਮੰਗਣੀ ਦੇ ਕੀ ਸੇ ਅੱਜ ਤਾਈਂ ਕਾਰੀ ਸਾਰੇ ਦੇ ਪਏ ਨੇ ਅਰਸ਼ਾਤ ਹੋਇਆ ਤੇਰਾ ਰਿਸ਼ਤਾ ਤਾਈਂ ਤਸ਼ਰਕ ਤੇ ਗਰਬ ਤੇ ਚੰਨ ਤੇ ਸੂਰਜ ਤੇ ਲਹਿ ਕੇ ਤਾਰੇ ਪਿਆ ਦਿਲ ਵਾਹ ਯਾ ਅਲੀ